ਅੱਜ ਅਸੀਂ ਪਿੰਡ ਦੇ ਕੁਝ ਨੌਜਵਾਨ ਤੇ ਪਤਵੰਤ ਸੱਜਣ ਇਕੱਠੇ ਹੋਏ ਸੀ, ਜਿਹਦੇ ਸੰਬੰਧ 'ਚ ਜਿਹੜੀ ਮੀਟਿੰਗ ਕੀਤੀ ਗਈ ਆ ਵੀ ਜਿਹੜੀ ਰੁੜਕਾ ਕਲਾਂ ਦੀ ਸੜਕ ਆ ਗਰਾਇਆ ਜੰਡਿਆਲਾ, ਜਿਹਦੇ ਵਿੱਚ ਰੁੜਕਾ ਸੈਂਟਰ 'ਚ ਆਉਂਦਾ, ਦੋਨੇ ਪਾਸੇ ਸੜਕਾਂ ਗਰਾਇਆ ਵਾਲੇ ਪਾਸੇ ਬਣ ਗਈ, ਜੰਡਿਆਲੇ ਪਾਸੇ ਵੀ ਥੋੜ੍ਹੀ ਬਹੁਤੀ ਬਣ ਗਈ, ਪਰ ਜਿਹੜਾ ਵਿਚਾਲਾ 6-7 ਕਿਲੋਮੀਟਰ ਦਾ ਟੁੱਟਾ ਆ ਇਹ ਬਣਾਇਆ ਨਹੀਂ ਗਿਆ, ਜਿੱਥੇ ਰੋਜ਼ ਹੀ ਲੁੱਟਾਂ ਖੋਹਾਂ ਚੋਰੀਆਂ ਘਟਨਾਵਾਂ ਐਕਸੀਡੈਂਟ ਵਾਪਰਦੇ ਆ। ਅਸੀਂ ਪਹਿਲਾਂ ਵੀ ਇੱਕ ਦਿਨ ਮੀਟਿੰਗ ਕਰਕੇ ਕਿਹਾ ਸੀ ਵੀ ਅਸੀਂ 12 ਤਰੀਕ ਨੂੰ ਪਿੰਡ ਰੁੜਕਾ ਕਲਾਂ ਵਿੱਚ ਇਕੱਠ ਕਰਕੇ ਇੱਥੇ ਧਰਨਾ ਕਰਾਂਗੇ, ਸੜਕ ਜਾਮ ਕਰਾਂਗੇ, ਜੇਕਰ ਪ੍ਰਸ਼ਾਸਨ ਨਾ ਮਤਲਬ ਸੂਤ ਹੋਇਆ, ਜੇ ਸੜਕ ਦਾ ਕੰਮ ਨਾ ਸ਼ੁਰੂ ਕੀਤਾ ਗਿਆ ਤਾਂ ਸਾਡੀ ਚੇਤਾਵਨੀ ਆ ਵੀ ਸਾਨੂੰ ਮਜਬੂਰ ਨਾ ਕਰਿਓ, ਫਿਰ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜਾ GT ਰੋਡ ਜਾਮ ਕਰਨ ਵੱਲ ਜਾਵਾਂਗੇ ਜੇ ਸਾਡੇ ਪਿੰਡ ਰੁੜਕਾ ਕਲਾਂ ਦੀ ਸੜਕ ਦਾ ਜਿਹੜਾ ਉਹ ਨਾ ਬਣਾਈ ਗਈ ਤਾਂ। ਇਸ ਕਰਕੇ ਅਸੀਂ 12 ਤਰੀਕ ਨੂੰ ਇਲਾਕਾ ਨਿਵਾਸੀ ਸਾਰੇ ਨਗਰ ਨਿਵਾਸੀਆਂ ਨੂੰ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ 12 ਤਰੀਕ ਦੇ ਧਰਨੇ 'ਚ ਜਿਹੜਾ ਸੜਕ ਦੇ ਸੰਬੰਧ 'ਚ ਲਾਇਆ ਜਾ ਰਿਹਾ ਵੀ ਟੁੱਟੀ ਹੋਈ ਸੜਕ ਨੂੰ ਬਣਾਉਣ ਲਈ ਉਹ 'ਚ ਹਮਾ ਕੇ ਆਪਣੀ ਸ਼ਮੂਲੀਅਤ ਕਰਨ, ਸ਼ਾਮਿਲ ਹੋਣ ਤਾਂ ਕਿ ਪ੍ਰਸ਼ਾਸਨ ਦੀਆਂ ਅੱਖਾਂ ਖੋਲੀਆਂ ਜਾਣ। ਜੀ ਕੀ ਟਾਈਮਿੰਗ ਹੈ ਇਹ ਜਿਹੜਾ 12 ਤਰੀਕ ਦਾ ਧਰਨਾ? ਉਹ ਸਵੇਰੇ ਅਸੀਂ 11 ਵਜੇ ਸ਼ੁਰੂ ਕਰਾਂਗੇ।